ਅੱਜ ਆਪਾਂ ਕੱਦੂ ਦੀ ਸਬਜ਼ੀ ਬਣਾਉਣ ਲੱਗੇ ਹਾਂ ਜੀ ਇਸ ਤਰੀਕੇ ਨਾਲ, ਅਤੇ ਬਹੁਤ ਹੀ ਵਧੀਆ ਟੇਸਟੀ ਬਣਦੀ ਹੈ। ਲਵੇ ਲਵੇ ਕੱਦੂ ਆ ਕੱਚੇ ਕੱਚੇ, ਅਤੇ ਆਪਾਂ ਇਹਨਾਂ ਨੂੰ ਹੁਣ ਪਹਿਲਾਂ ਛਿੱਲ ਲੈਂਦੇ ਹਾਂ, ਛਿੱਲ ਕੇ ਅਤੇ ਆਪਾਂ ਇਹਨਾਂ ਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਾਂਗੇ। ਬਹੁਤ ਹੀ ਜਲਦੀ ਘੁਲਦਾ ਕੱਦੂ, ਇਹ ਲਵਾ ਜਿਹਾ ਕੱਦੂ ਹੈ, ਅਤੇ ਲਵੇ ਕੱਦੂ ਦੀ ਸਬਜ਼ੀ ਤਾਂ ਬਹੁਤ ਜਲਦੀ ਘੁਲਦੀ ਹੈ। ਅਤੇ ਹੁਣ ਆਪਾਂ ਇਹਨੂੰ ਦੁੱਧ ਵਾਲਾ ਕੱਦੂ ਬਣਾਵਾਂਗੇ ਅੱਜ। ਅਤੇ ਅਸੀਂ ਤਾਂ ਇਹਨੂੰ ਕੱਦੂ ਕਹਿੰਦੇ ਹਾਂ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕੀ ਕਹਿੰਦੇ ਹਾਂ ਇਸਨੂੰ। ਅਤੇ ਹੁਣ ਆਪਣਾ ਇਹ ਕੱਦੂ ਕੱਟਿਆ ਗਿਆ ਜੀ, ਸਾਰਾ ਬਿਲਕੁਲ ਕੱਟ ਕੇ ਆਪਾਂ ਬਰੀਕ ਕਰ ਲਿਆ ਸਾਰਾ। ਹੁਣ ਆਪਾਂ ਤੜਕੇ ਦਾ ਸਮਾਨ ਤਿਆਰ ਕਰਦੇ ਹਾਂ। ਪਿਆਜ਼ ਕੱਟ ਲੈਂਦੇ ਹਾਂ ਪਹਿਲਾਂ, ਲਸਣ ਵੀ ਛਿੱਲ ਰੱਖਿਆ, ਸਾਰਾ ਸਮਾਨ ਆਪਾਂ ਤਿਆਰ ਕਰ ਰੱਖਿਆ। ਅਤੇ ਹੁਣ ਆਪਾਂ ਇਹਨੂੰ ਕੱਟ ਕੇ ਛਿੱਲ ਕੇ, ਅਤੇ ਹੁਣ ਆਪਾਂ ਚੋਪਰ ਦੇ ਵਿੱਚ ਪਾ ਕੇ, ਅਤੇ ਬਿਲਕੁਲ ਬਰੀਕ ਕਰ ਲੈਂਦੇ ਹਾਂ। ਟਮਾਟਰ ਨਹੀਂ ਆਪਾਂ ਇਹਦੇ ਵਿੱਚ ਪਾਉਂਦੇ, ਆਪਾਂ ਦੁੱਧ ਪਾਵਾਂਗੇ, ਦੁੱਧ ਫਟ ਜੂਗਾ ਫਿਰ ਟਮਾਟਰ ਨਾਲ। ਅਤੇ ਆਪਾਂ ਇਹ ਬਾਕੀ ਸਮਾਨ ਸਾਰਾ ਚੋਪ ਕਰਕੇ, ਅਤੇ ਹੁਣ ਆਪਾਂ ਫਰਾਈ ਪੈਨ ਰੱਖ ਲਿਆ ਜੀ, ਇਹਦੇ ਵਿੱਚ ਆਪਾਂ ਹੁਣ ਘਿਓ ਪਾ ਲੈਂਦੇ ਹਾਂ। ਆਪਾਂ ਦੇਸੀ ਘਿਓ ਪਾਇਆ ਵਿੱਚ, ਅਤੇ ਆਪਾਂ ਦੂਸਰਾ ਵੀ ਪਾ ਸਕਦੇ ਹਾਂ, ਤੇਲ ਵੀ ਪਾ ਸਕਦੇ ਹਾਂ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਂਦੇ ਜੀਰਾ, ਤੇਲ ਆਪਣਾ ਘਿਓ ਗਰਮ ਹੋ ਚੁੱਕਿਆ, ਅਤੇ ਜੀਰਾ ਵੀ ਆਪਣਾ ਹੁਣ ਇਹਦੇ ਵਿੱਚ ਭੁੱਜ ਜੂਗਾ ਘਿਓ 'ਚ। ਇਹਦੇ ਵਿੱਚ ਆਪਾਂ ਹੁਣ ਪਾ ਦਿੰਦੇ ਸਾਰਾ ਤੜਕੇ ਦਾ ਸਮਾਨ, ਅਤੇ ਆਪਾਂ ਇਹਨੂੰ ਭੁੰਨਦੇ ਹਾਂ ਜੀ ਸਾਰੇ ਸਮਾਨ ਨੂੰ। ਇਹ ਹੁਣ ਅੱਧਾ ਕੁ ਭੁੱਜ ਚੁੱਕਿਆ। ਹੁਣ ਆਪਣਾ ਇਹ ਸਮਾਨ ਵਿੱਚ ਆਪਾਂ ਨਮਕ ਪਾ ਲੈਂਦੇ ਹਾਂ, ਹੁਣ ਨਮਕ ਨਾਲ ਜਲਦੀ ਹੋਰ ਗਲ ਜੂਗਾ। ਇਹ ਵਿੱਚ ਆਪਾਂ ਲਾਲ ਮਿਰਚ, ਹਲਦੀ ਪਾਊਡਰ ਪਾ ਕੇ, ਅਤੇ ਹੁਣ ਇਹਨੂੰ ਆਪਾਂ ਫਿਰ ਥੋੜ੍ਹਾ ਜਿਹਾ ਸੇਕ ਲਵਾਉਂਦੇ ਹਾਂ। ਅਤੇ ਹੁਣ ਆਪਾਂ ਵਿੱਚ ਪਾ ਲੈਂਦੇ ਹਾਂ ਥੋੜ੍ਹਾ ਜਿਹਾ ਪਾਣੀ, ਥੋੜ੍ਹਾ ਜਿਹਾ ਹੀ ਪਾਵਾਂਗੇ ਆਪਾਂ ਪਾਣੀ ਇਹਦੇ ਵਿੱਚ ਪਾ ਕੇ, ਅਤੇ ਆਪਾਂ ਇਹਨੂੰ ਹੋਰ ਭੁੰਨਦੇ ਹਾਂ ਗ੍ਰੇਵੀ ਜਿਹੀ ਬਣਾ ਕੇ। ਆਪਣਾ ਹੁਣ ਇਹ ਵਧੀਆ ਰਿੱਝਣ ਲੱਗ ਗਿਆ। ਹੁਣ ਆਪਾਂ ਵਿੱਚ ਥੋੜ੍ਹਾ ਜਿਹਾ ਪਾਣੀ ਹੋਰ ਪਾ ਕੇ, ਅਤੇ ਇਹਨੂੰ ਆਪਾਂ ਹੋਰ ਰਿੰਨ ਲੈਂਦੇ ਹਾਂ। ਹੁਣ ਆਪਾਂ ਵਿੱਚ ਇਹਦੇ ਪਾ ਦਿੰਦੇ ਹਾਂ ਜੀ ਕੱਦੂ ਕੱਟਿਆ ਹੋਇਆ। ਕੱਦੂ ਆਪਾਂ ਕੱਟ ਕੇ, ਅਤੇ ਪਹਿਲਾਂ ਹੀ ਆਪਾਂ ਛਿੱਲ ਕੇ ਅਤੇ ਧੋ ਲਿਆ ਸੀਗਾ, ਧੋ ਕੇ ਅਤੇ ਆਪਾਂ ਹੁਣ ਫਿਰ ਹੀ ਕੱਟਿਆ ਇਹਨੂੰ, ਅਤੇ ਕੱਟਿਆ ਵਿਆ ਹੁਣ ਕੱਦੂ ਆਪਾਂ ਵਿੱਚ ਪਾ ਕੇ, ਅਤੇ ਇਹਨੂੰ ਸਾਰੇ ਨੂੰ ਮਿਕਸ ਕਰ ਦਿੰਦੇ ਹਾਂ। ਮਿਕਸ ਕਰਕੇ ਆਪਾਂ ਥੋੜ੍ਹਾ ਜਿਹਾ ਚਿਹਰੇ ਨੂੰ ਆਪਾਂ ਢੱਕ ਕੇ ਰੱਖਦੇ ਹਾਂ ਹੁਣ। ਅਤੇ ਭਾਫ ਨਾਲ ਬਹੁਤ ਵਧੀਆ ਸਬਜ਼ੀ ਬਣਦੀ ਰਿੱਝ ਕੇ, ਅਤੇ ਹੁਣ ਆਪਣੀ ਸਬਜ਼ੀ ਰਿੱਝਣ ਲੱਗ ਗਈ ਹੈ, ਅਤੇ ਆਪਾਂ ਥੋੜ੍ਹਾ ਜਿਹਾ ਹੋਰ ਹਿਲਾ ਦਿੰਦੇ ਹਾਂ। ਹਿਲਾ ਕੇ ਅਤੇ ਆਪਾਂ ਇਹਨੂੰ ਹੁਣ ਆਪਾਂ ਫਿਰ ਰੱਖ ਦਾਂਗੇ ਜੀ ਥੋੜ੍ਹਾ ਚਿਰ ਰਿੱਝਣ ਵਾਸਤੇ, ਫਿਰ ਢੱਕ ਦਿੰਦੇ ਹਾਂ ਥੋੜ੍ਹਾ ਜਿਹਾ ਚਿਰ। ਹੁਣ ਆਪਣੀ ਸਬਜ਼ੀ ਇਹ ਬਿਲਕੁਲ ਰਿੱਝ ਚੁੱਕੀ ਹੈ, ਅਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ
ਤੇ ਵਿੱਚ ਆਪਾਂ ਇਹਦੇ ਹੁਣ ਪਾਵਾਂਗੇ ਜੀ ਦੁੱਧ। ਦੁੱਧ ਪਾ ਕੇ ਆਪਾਂ ਥੋੜ੍ਹਾ ਜਿਹਾ ਸੇਕ ਹੋਰ ਲਵਾਵਾਂਗੇ, ਇੱਕ ਵਾਲਾ ਜਿਹਾ ਦਵਾ ਦਾਂਗੇ ਇਹਨੂੰ ਹੁਣ, ਅਤੇ ਮਿਕਸ ਹੋ ਜੂਗਾ ਦੁੱਧ ਚੰਗੀ ਤਰ੍ਹਾਂ ਵਿੱਚ। ਅਤੇ ਆਪਣੀ ਸਬਜ਼ੀ ਹੁਣ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜੀ, ਬਹੁਤ ਹੀ ਟੇਸਟੀ ਬਣੀ ਹੈ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿੱਦਾਂ ਦੀ ਲੱਗੀ ਤੁਹਾਨੂੰ, ਅਤੇ ਤੁਸੀਂ ਕੀ ਕਹਿੰਦੇ ਹਾਂ ਇਹਨੂੰ, ਅਸੀਂ ਤਾਂ ਕੱਦੂ ਕਹਿੰਦੇ ਹਾਂ। ਅਤੇ ਹੁਣ ਆਪਣੀ ਇਹ ਸਬਜ਼ੀ ਵਧੀਆ ਰਿੱਝਣ ਲੱਗ ਗਈ ਜੀ, ਰਿੱਝ ਚੁੱਕੀ ਹੈ। ਅਤੇ ਹੁਣ ਆਪਾਂ ਇਹਨੂੰ ਲਾਹ ਲੈਂਦੇ ਹਾਂ ਥੱਲੇ। ਬਹੁਤ ਹੀ ਟੇਸਟੀ ਸਬਜ਼ੀ ਬਣੀ ਹੈ ਜੀ ਇਸ ਤਰੀਕੇ ਨਾਲ। ਤੁਸੀਂ